ਸਿੰਘ ਕ੍ਰੀਏਟ ਮਿਊਜ਼ਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ। ਚੈਨਲ ਦੇ ਮਾਧਿਅਮ ਰਾਹੀਂ ਮੈਂ ਤੁਹਾਡੇ ਨਾਲ ਵੱਖ-ਵੱਖ ਵੀਡੀਓ ਦੇ ਨਾਲ ਸੰਬੋਧਿਤ ਹੋ ਚੁੱਕਾ। ਕਰਨ ਖਟਕਾ ਮੁਰਕੀ ਮੀਂਡ, ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਰਨ ਖਟਕਾ ਤੇ ਮੁਰਕੀ ਮੀਂਡ ਕੀ ਹੈ। ਸੋ ਅੱਜ ਦੀ ਜਿਹੜੀ ਵੀਡੀਓ ਆ, ਕਿਸੇ ਬੱਚੇ ਨੇ ਮੈਨੂੰ ਪੁੱਛਿਆ ਕਿ ਸਾਡੀ ਜਿਹੜੀ ਮੰਦਰ ਪੰਚਮ ਆ ਉਹਦੇ ਵਿੱਚ ਸਾਡੀ ਜਿਹੜੀ ਆਵਾਜ਼ ਦੀ ਰੇਂਜ ਕਿਵੇਂ ਵੱਧ ਸਕਦੀ ਆ, ਜਾਂ ਅਸੀਂ ਤਿੰਨਾਂ ਸਪਤਕਾਂ ਵਿੱਚ ਆਪਣੀ ਆਵਾਜ਼ ਦੀ ਰੇਂਜ ਨੂੰ ਕਿਵੇਂ ਵਧਾ ਸਕਦੇ ਹਾਂ ਦੋਸਤੋ। ਸੋ ਇਸ ਤੋਂ ਜੋ ਅੱਜ ਦੀ ਜੋ ਵੀਡੀਓ ਬਣਾਉਣ ਦਾ ਮਕਸਦ ਇਹ ਆ, ਪੰਚਮ ਕੇ ਪਲਟੇ, ਭਾਵ ਜੇ ਅਸੀਂ ਮੰਦਰ ਪੰਚਮ ਤੋਂ ਰਿਆਜ਼ ਸ਼ੁਰੂ ਕਰਦੇ ਹਾਂ ਤਾਂ ਸਾਡੀ ਆਵਾਜ਼ ਦੀ ਰੇਂਜ ਜਿਹੜੀ ਆ ਮੰਦਰ ਤੋਂ ਹੀ ਸੈੱਟ ਹੋ ਜਾਂਦੀ ਹੈ। ਅਤੇ ਪੰਚਮ ਜਿਹੜੀ ਮੰਦਰ ਦੀ ਪੰਚਮ ਆ, ਜਿਵੇਂ ਤਾਨਪੁਰਾ ਮੰਦਰ ਪੰਚਮ ਤੋਂ ਸਟਾਰਟ ਹੁੰਦਾ ਹੈ, ਤਾਂ ਅਸੀਂ ਜਿਹੜੀ ਰਿਆਜ਼ ਆ, ਅਸੀਂ ਆਪਣਾ ਇੱਕ ਵੱਖਰਾ ਅਨੋਖੇ ਢੰਗ ਦਾ ਇੱਕ ਰਿਆਜ਼ ਮੰਦਰ ਪੰਚਮ ਤੋਂ ਸ਼ੁਰੂ ਕਰਕੇ, ਸੋ ਮੰਦਰ ਦੇ ਸੁਰ ਲੈ ਕੇ, ਮੱਧ ਦੇ ਸੁਰ ਲੈ ਕੇ ਅਤੇ ਤਾਰ ਸਪਤਕ ਦੇ ਸੁਰ ਲੈ ਕੇ, ਸੋ ਪੰਚਮ ਦੇ ਪਲਟੀਆਂ ਦੇ ਨਾਲ ਅਸੀਂ ਰਿਆਜ਼ ਕਿਵੇਂ ਕਰ ਸਕਦੇ ਹਾਂ, ਆਓ ਤੁਹਾਨੂੰ ਮੈਂ ਪ੍ਰੈਕਟੀਕਲ ਦੱਸਣਾ ਚਾਹੂੰਗਾ। ਇਸ ਤੋਂ ਪਹਿਲਾਂ ਕਿ ਵੀਡੀਓ ਦੀ ਸ਼ੁਰੂਆਤ ਕਰੀਏ, ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤਾਂ ਜੋ ਅਤੇ ਘੰਟੀ ਨੂੰ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਤੇ ਅਗਰ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ, ਅਗਰ ਜੇ ਤੁਹਾਨੂੰ ਕੋਈ ਕਮੀ ਲੱਗੇ ਤਾਂ ਇਸ ਨੂੰ ਡਿਸਲਾਈਕ ਵੀ ਤੁਸੀਂ ਕਰ ਸਕਦੇ ਹੋ। ਜੇ ਤੁਹਾਨੂੰ ਕੁਛ ਲੱਗਦਾ ਹੈ ਕਿ ਕਿੱਦਾਂ ਦੀ ਵੀਡੀਓ ਤੁਹਾਨੂੰ ਅਸੀਂ ਦਈਏ, ਤਾਂ ਤੁਸੀਂ ਨੀਚੇ ਜਾਓ ਅਤੇ ਤੁਸੀਂ ਕਮੈਂਟ ਕਰੋ ਕਿ ਤੁਹਾਨੂੰ ਅਸੀਂ ਕਿੱਦਾਂ ਦੀ ਵੀਡੀਓ ਦੱਸੀਏ। ਤਾਂ ਆਓ ਆਪਾਂ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਕਿ ਪੰਚਮ ਕੇ ਪਲਟੇ, ਪੰਚਮ ਦੇ ਰਾਹੀਂ ਮੰਦਰ ਪੰਚਮ ਤੋਂ ਸ਼ੁਰੂ ਕਰਕੇ ਅਸੀਂ ਕਿਸ ਤਰ੍ਹਾਂ ਇੱਕ ਰਿਆਜ਼ ਕਰ ਸਕਦੇ ਹਾਂ ਅਤੇ ਤਿੰਨਾਂ ਸਪਤਕਾਂ ਵਿੱਚ ਸਾਡੀ ਆਵਾਜ਼ ਕਿਵੇਂ ਚੱਲ ਸਕਦੀ, ਆਪਾਂ ਦੇਖਦੇ ਹਾਂ। ਸੋ ਦੇਖੋ ਦੋਸਤੋ, ਪੰਚਮ ਕੇ ਪਲਟੇ, ਪਲਟੇ ਤੋਂ ਭਾਵ ਆ ਕਿ ਜਦੋਂ ਅਸੀਂ ਅਰੋਹ ਕਰਕੇ ਅਗਲਾ ਸੁਰ ਲਾ ਕੇ ਜਾਂ ਕੋਈ ਵੀ ਸੁਰ ਸਮੂਹ ਲੈ ਕੇ ਵਾਪਸ ਉਸੇ ਸੁਰ 'ਤੇ ਆਉਂਦੇ ਹਾਂ ਉਹਨੂੰ ਪਲਟਾ ਕਹਿੰਦੇ ਹਾਂ, ਅਤੇ ਅਸੀਂ ਨਾਲੇ 'ਤੇ ਪਲਟੇ ਬਣਾਉਂਦੇ ਜਾਵਾਂਗੇ ਅਤੇ ਨਾਲ ਹੀ ਅਸੀਂ ਇੱਕ ਰਿਆਜ਼ ਕਰਾਂਗੇ ਮੰਦਰ ਸਪਤਕ ਤੋਂ ਪੰਚਮ ਦਾ ਲੈ ਕੇ। ਜਿਵੇਂ ਤਾਨਪੁਰੇ ਤੋਂ ਆਪਾਂ ਮੰਦਰ ਪੰਚਮ ਤੋਂ ਸ਼ੁਰੂ ਕਰਦੇ ਹਾਂ, ਤਾਨਪੁਰਾ ਬੋਲਦਾ ਮੰਦਰ ਪੰਚਮ ਦਾ ਪਾ, ਫਿਰ ਮੱਧ ਸਪਤਕ ਦਾ ਸਾ, ਫਿਰ ਮੱਧ ਸਪਤਕ ਦਾ ਸਾ, ਅਤੇ ਫਿਰ ਮੰਦਰ ਦਾ ਜਿਹੜਾ ਸਾ, ਇਹ ਤਾਨਪੁਰੇ ਦੇ ਸੁਰ ਨੇ। ਅਤੇ ਜੇ ਅਸੀਂ ਮੁੱਢਲਾ ਰਿਆਜ਼ ਹੀ ਇਸ ਤੋਂ ਸ਼ੁਰੂ ਕਰੀਏ ਤਾਂ ਅਸੀਂ ਬਹੁਤ ਵਧੀਆ ਗਲੇ ਦੀ ਇੱਕ ਰੇਂਜ ਬਣਾ ਸਕਦੇ ਹਾਂ। ਅਤੇ ਆਓ ਆਪਾਂ ਦੇਖਦੇ ਹਾਂ ਹੁਣ ਕਿ ਮੰਦਰ ਪੰਚਮ ਜੋ ਹੈ ਇਸ ਤੋਂ ਜੇ ਰਿਆਜ਼ ਸ਼ੁਰੂ ਕਰੀਏ, ਬਜਾਏ ਅਸੀਂ ਸਾਰੇ ਗਾਮਾ ਹੀ ਸਿੱਖਿਆ, ਕਿਤਾਬਾਂ 'ਚ ਵੀ ਸਾਰੇ ਗਾਮਾ ਦਿੱਤਾ, ਪਰ ਅੱਜ ਅਸੀਂ ਦੇਖਦੇ ਹਾਂ ਕਿ ਮੰਦਰ ਪੰਚਮ ਤੋਂ ਅਸੀਂ ਰਿਆਜ਼ ਸ਼ੁਰੂ ਕਰਕੇ ਅਤੇ ਕਿਵੇਂ ਇੱਕ ਆਪਣੀ ਗਲੇ ਨੂੰ ਸਜਾ ਸਕਦੇ ਹਾਂ, ਇਹ ਪੰਚਮ ਦੇ ਪਲਟਿਆਂ ਦੇ ਨਾਲ ਅਸੀਂ ਰਿਆਜ਼ ਕਰਕੇ ਕਿਵੇਂ ਆਪਣੇ ਗਲੇ ਨੂੰ ਸਜਾ ਸਕਦੇ ਹਾਂ। ਅਤੇ ਨਾਲ ਹੀ ਨਾਲ ਅਸੀਂ ਮੀਂਡ ਵੀ, ਮੀਂਡ ਦੇ ਵਿੱਚ ਸੁਰ ਲੈ ਕੇ ਪਲਟਾ ਲੈ ਕੇ ਅਤੇ ਫਿਰ ਪੰਚਮ 'ਤੇ ਵਾਪਸ ਆਵਾਂਗੇ। ਅਤੇ ਆਓ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। Oh,
ਸੋ ਦੇਖੋ ਦੋਸਤੋ, ਅਸੀਂ ਹੁਣ ਮੰਦਰ ਪੰਚਮ ਤੋਂ ਰਿਆਜ਼ ਸ਼ੁਰੂ ਕੀਤਾ ਸੀਗਾ ਅਤੇ ਰੇ 'ਤੇ ਆਏ ਪਾ ਧਾ, ਸੋਰੀ ਪਾ ਧਾ ਮੰਦਰ ਪੰਚਮ ਅਤੇ ਧਾ ਮੰਦਰ ਦਾ, ਅਤੇ ਜਦੋਂ ਪਹਿਲਾਂ ਪਾ 'ਤੇ ਦੋ ਵਾਰੀ ਇੱਥੇ ਜਿਹੜਾ ਨਿਆਸ ਹੋ ਗਿਆ ਪਾ 'ਤੇ, ਇਸੇ ਤਰ੍ਹਾਂ ਕਿੰਨੇ ਹੀ ਪਲਟੇ ਬਣ ਜਾਂਦੇ ਨੇ ਜੇ ਆਪਾਂ ਗਿਣੀਏ ਤਾਂ ਕਾਫੀ ਪਲਟੇ ਬਣ ਜਾਂਦੇ ਨੇ ਮੰਦਰ ਪੰਚਮ ਦੇ। ਇਹ ਪੰਚਮ ਦੇ ਪਲਟਿਆਂ ਦੇ ਨਾਲ ਜੇ ਅਸੀਂ ਰਿਆਜ਼ ਕਰੀਏ ਤਾਂ ਸਾਡਾ ਜਿਹੜਾ ਗਲਾ ਹੈ ਇਹ ਮੰਦਰ ਪੰਚਮ ਵਿੱਚ ਵੀ ਅਤੇ ਮੱਧ ਪੰਚਮ ਦੇ ਸੁਰ ਤੱਕ ਅਤੇ ਫਿਰ ਤਾਰ ਜਿਹੜਾ ਪਾਰ ਦਾ ਜੋ ਪੰਚਮ ਆ ਇੱਥੋਂ ਤੱਕ ਰਿਆਜ਼, ਇੱਥੋਂ ਗਲੇ ਦੀ ਅੱਗੇ ਵੀ ਅਸੀਂ ਰੇਂਜ ਲੈ ਕੇ ਜਾ ਸਕਦੇ ਹਾਂ, ਪਰ ਜੇ ਇੱਥੋਂ ਤੱਕ ਵੀ ਰਿਆਜ਼ ਕਰੀਏ ਤਾਂ ਤਿੰਨਾਂ ਸਪਤਕਾਂ ਦੇ ਵਿੱਚ ਬੜਾ ਸੋਹਣਾ ਅਸੀਂ ਗਲਾ ਜਿਹੜਾ ਆਪਣਾ ਸਜਾ ਸਕਦੇ ਹਾਂ। ਸੋ ਉਮੀਦ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਸੋ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ, ਕਮੈਂਟ ਕਰੋ ਅਤੇ ਦੱਸੋ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਆਉਣ ਵਾਲੀ ਵੀਡੀਓ ਦੀ ਉਡੀਕ ਕਰੋ ਤਾਂ ਜੋ ਤੁਹਾਨੂੰ ਵੀਡੀਓ ਸਮੇਂ ਸਿਰ ਮਿਲ ਸਕੇ। ਕਮੈਂਟ ਵਿੱਚ ਜ਼ਰੂਰ ਲਿਖੋ। ਬਹੁਤ ਬਹੁਤ ਧੰਨਵਾਦ।